ਦਲਵਿੰਦਰ ਕੌਰ ਕੀ ਇਸ਼ੂ ਆ ਰਿਹਾ ਤੁਹਾਡੇ ਦਾ ਸਰ ਇਸ਼ੂ ਇਹ ਆ ਰਿਹਾ ਹੈਗਾ ਕਿ ਪਿਛਲੇ ਮਾਰਚ ਦੇ ਵਿੱਚ ਲਾਸਟ ਈਅਰ ਮਾਰਚ ਤੋਂ ਸਾਡੇ ਫੋਨ ਹੈਕ ਹੋ ਰਹੇ ਸੀਗੇ ਅਤੇ ਉਸਦੇ ਵਿੱਚ ਕੀ ਹੁੰਦਾ ਹੈ ਕਿ ਬਾਰ ਬਾਰ ਫੋਨ ਰੀਸੈਟ ਹੋ ਜਾਂਦੇ ਨੇ ਡਾਟਾ ਉੱਡ ਜਾਂਦਾ ਹੈਗਾ ਅਤੇ ਪਰਸਨ ਹੈਗਾ ਜਿਸਨੇ ਮੀਨਸ ਉਹ ਕੋਈ ਡਿਵਾਈਸ ਕਹਿ ਸਕਦੇ ਸਾਡੇ ਘਰ 'ਚ ਫਿੱਟ ਕੀਤੀ ਹੋਈ ਹੈ ਜਾਂ ਕੀ ਹੈ ਉਸਦਾ ਸਾਨੂੰ ਕੋਈ ਆਈਡੀਆ ਨਹੀਂ ਹੈਗਾ ਬਟ ਜਦੋਂ ਤੁਸੀਂ ਬਲੂਟੁੱਥ ਔਨ ਕਰਦੇ ਹੋ ਨਾ ਤਾਂ ਉਸ ਬਲੂਟੁੱਥ ਦਾ ਨੇਮ ਚੇਂਜ ਕਰਕੇ ਸਾਨੂੰ ਕੋਈ ਮੈਸੇਜ ਦਿੰਦਾ ਜਿਸ ਤਰ੍ਹਾਂ ਮੇਰੇ ਫੋਨ ਪਹਿਲਾਂ ਹੁੰਦਾ ਸੀ ਲੌਕ ਲੱਗ ਜਾਂਦੇ ਸੀਗੇ ਸਾਰੇ ਫੋਨ ਲੌਕ ਲੱਗਦੇ ਸੀਗੇ ਔਰ ਉਹਨਾਂ ਦੇ ਫਿਰ ਉਹ ਕੀ ਕਰਦਾ ਸੀ ਬਲੂਟੁੱਥ ਦਾ ਨਾ ਦੇ ਵਿੱਚ ਜਿਹੜਾ ਉਹਨੇ ਲੌਕ ਲਗਾਇਆ ਹੁੰਦਾ ਸੀਗਾ ਉਹ ਨੰਬਰ ਲਿਖ ਕੇ ਭੇਜਦਾ ਸੀਗਾ ਉਹ ਲਗਾਉਂਦੇ ਸੀ ਤਾਂ ਫੋਨ ਔਨ ਹੋ ਜਾਂਦੇ ਸੀਗੇ ਮੀਨਸ ਉਹ ਲੌਕ ਖੁੱਲ ਜਾਂਦਾ ਸੀਗਾ ਅਤੇ ਉਸ ਟਾਈਮ ਫਿਰ ਮੈਂ ਕੰਪਲੇਂਟ ਇੱਥੇ ਲਿਖਵਾਈ ਇਹਨਾਂ ਨੇ ਉਸ ਟਾਈਮ ਇਹ ਕਹਿਤਾ ਕਿ ਸਾਡੇ ਪਾਸ ਇਕੁਇਪਮੈਂਟਸ ਹੈਗੇ ਨਹੀਂ ਹੈ ਔਰ ਮੈਂ ਦੋ ਤਿੰਨ ਚੱਕਰ ਲਗਾਏ ਫਿਰ ਕਿਸੇ ਪੋਲੀਟੀਕਲ ਪਰਸਨ ਦੇ ਦੀ ਰੈਫਰੈਂਸ ਦੇ ਨਾਲ ਮੈਂ ਆਪਣੀ ਐਪਲੀਕੇਸ਼ਨ ਮੋਹਾਲੀ ਫਾਰਵਰਡ ਕਰਵਾਈ ਉਸ ਟਾਈਮ ਹਸਬੈਂਡ ਫੋਰਨ 'ਚ ਸੀਗੇ ਸੋ ਮੋਹਾਲੀ ਵੀ ਦੋ ਤਿੰਨ ਵਾਰ ਜਾ ਕੇ ਆ ਚੁੱਕੇ ਆ ਬਟ ਉਹਨਾਂ ਦੇ ਵੱਲੋਂ ਵੀ ਸਾਨੂੰ ਕੋਈ ਪੋਜ਼ਿਟਿਵ ਰਿਸਪੋਂਸ ਮਿਲਿਆ ਨਹੀਂ ਹਾਂਜੀ ਅਸੀਂ ਤੁਹਾਡੇ ਨਾਲ ਡਿਸਕਸ ਅਸੀਂ ਖੁਦ ਫੋਨ ਕਰਦੇ ਹਾਂ ਤਦ ਸਾਨੂੰ ਉਹ ਦੱਸ ਦਿੰਦੇ ਨੇ ਕਿ ਹਾਂਜੀ ਆਹ ਵਰਕਆਊਟ ਹੋ ਰਿਹਾ ਜਸਟ ਵਰਕਆਊਟ ਹੀ ਹੋ ਰਿਹਾ ਅਤੇ ਹੁਣ ਇਹ ਦੋ ਦਿਨ ਦੇ ਤੋਂ ਈਵਨ ਮੀਡੀਆ ਨੇ ਵੀ ਮੀਨਸ ਸਾਰੀ ਕਵਰੇਜ ਕੀਤੀ ਹੈਗੀ ਆ ਸਾਰੀ ਪਬਲਿਕ ਨੂੰ ਇਸ ਟਾਈਮ ਪਤਾ ਹੀ ਹੈਗਾ ਕਿ ਹੋ ਰਿਹਾ ਹੈਗਾ ਅਤੇ ਅੱਜ ਵੀ ਹੁਣ ਅਸੀਂ ਮਿਲਣ ਲਈ ਆਏ ਸੀਗੇ ਪਹਿਲਾਂ ਤਾਂ ਸਰ ਦਾ ਇਹ ਸੀਗਾ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਦੈਨ ਜਦੋਂ ਅਸੀਂ ਕਿਹਾ ਕਿ ਅਸੀਂ ਉਹਨੇ ਕੀ ਕਰੀਏ ਕਿ ਸਾਨੂੰ ਬੋਲ ਰਹੇ ਨੇ ਕਿ ਤੁਸੀਂ ਮੋਹਾਲੀ ਜਾਓ ਉਹਨਾਂ ਦੇ ਨਾਲ ਕੰਟੈਕਟ ਕਰੋ ਸਾਡੇ ਕੋਲ ਤਾਂ ਗੈਜਟਸ ਨਹੀਂ ਹੈ ਸਰ ਇੱਕ ਸਿੰਪਲ ਜੀ ਨੋਰਮਲ ਜੀ ਗੱਲ ਹੈਗੀ ਹੈ ਕਿ ਮੇਰੇ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ ਦੈਨ ਹਾਓ ਕੁਡ ਆਈ ਰੀਚ ਮੋਹਾਲੀ ਮੈਂ ਮੋਹਾਲੀ ਕਿਸ ਤਰ੍ਹਾਂ ਜਾ ਸਕਦੀ ਹਾਂ ਆਪਣੇ ਘਰ ਨੂੰ ਅੱਗ ਦੇ ਵਿੱਚ ਛੱਡ ਕੇ ਠੀਕ ਹੈ ਜੀ ਅਗਰ ਅਸੀਂ ਮੋਹਾਲੀ ਮਾਰਨਿੰਗ ਟਾਈਮ ਕਾਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਇੰਸੀਡੈਂਟ ਹੋ ਰਹੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਆਪਣੇ ਲੋਕਲ ਥਾਣੇ 'ਚ ਜਾਓ ਲੋਕਲ ਥਾਣੇ ਵਾਲੇ ਕਹਿ ਰਹੇ ਨੇ ਮੋਹਾਲੀ ਜਾਓ ਇਟ ਮੀਨਸ ਪਹਿਲਾਂ ਅਸੀਂ ਇੱਥੇ ਆਈਏ ਫਿਰ ਉੱਥੇ ਜਾਈਏ ਫਿਰ ਵਾਪਸ ਆਈਏ ਇਹ ਫਿਰ ਸਾਨੂੰ ਉੱਥੇ ਭੇਜ ਦਿੰਦੇ ਨੇ ਕਿੰਨਾ ਕਲੋਸ ਹੋ ਚੁੱਕਿਆ ਹੁਣ ਸਰ ਅਰਾਊਂਡ ਅਗਰ ਮੈਂ ਕਹਾਂ ਮੋਰ ਦੈਨ ਸਾਡੇ 2 ਲੱਖ ਤੋਂ ਸਾਡੇ ਸਿਰਫ ਕੱਪੜੇ ਜਲ ਚੁੱਕੇ ਨੇ ਜੀ ਔਰ ਮੋਸਟਲੀ ਬ੍ਰੈਂਡਡ ਇਹ ਕਹਿ ਸਕਦੇ ਹਾਂ ਕਿ ਉਹਨਾਂ ਵਿੱਚੋਂ ਕਾਫੀ ਸਾਰੀਆਂ ਚੀਜ਼ਾਂ ਬ੍ਰੈਂਡਡ ਕਲੋਥ ਸੀਗੇ ਠੀਕ ਹੈ ਜੀ ਔਰ ਬਿਲਕੁਲ ਲੇਟੈਸਟ ਅਸੀਂ ਹੁਣ ਹੀ ਵਿੰਟਰ ਦੇ ਲਈ ਉਹ ਪਰਚੇਜ਼ ਕੀਤੇ ਹੋਏ ਸੀਗੇ ਤੁਸੀਂ ਇਹ ਇਮੈਜਿਨ ਕਰ ਸਕਦੇ ਆ ਮੇਰੀ ਬੇਟੀ ਦੇ ਪੂਰੇ ਦੇ ਪੂਰੀ ਵਾਰਡਰੋਬ ਜਲ ਗਈ ਹੈ ਮੇਰੀ ਪੂਰੀ ਵਾਰਡਰੋਬ ਜਲ ਚੁੱਕੀ ਹੈ ਮੇਰੇ ਮਦਰ ਇਨ ਲਾਅ ਦੀ ਪੂਰੀ ਵਾਰਡਰੋਬ ਜਲ ਚੁੱਕੀ ਹੈ ਜੀ ਸਰ ਕੱਲ੍ਹ ਫੁੱਲ ਡੇ ਦੇ ਵਿੱਚ 5 ਟਾਈਮਸ ਔਰ ਮੋਰਨਿੰਗ ਤੋਂ ਲੈ ਕੇ ਹੁਣ ਤੱਕ 3 ਵਾਰ ਅੱਗ ਲੱਗ ਚੁੱਕੀ ਹੈ ਜੀ ਕੰਮ ਕੀ ਕਰਦੇ ਹੋ ਤੁਸੀਂ ਸਰ ਹਸਬੈਂਡ ਫੋਰਨ 'ਚ ਸੀਗੇ ਐਕਚੁਅਲ ਦੇ ਵਿੱਚ ਉਹ ਅਕਾਊਂਟਸ ਮੈਨੇਜਰ ਸੀਗੇ ਦੈਨ ਮੈਂ ਵੀ ਪਹਿਲਾਂ ਫੋਰਨ ਹੀ ਕੰਮ ਕਰਦੀ ਸੀਗੀ ਐਜ਼ ਅ ਸੇਲਜ਼ ਰੀਪ੍ਰੈਜੈਂਟੇਟਿਵ ਹੁਣ ਰੀਸੈਂਟਲੀ ਮੀਨਸ ਮੈਂ 2 ਸਾਲ ਪਹਿਲਾਂ ਵਾਪਸ ਆਈ ਹਾਂ ਮੈਂ ਆਚਾਰਿਆ ਇੰਸਟੀਟਿਊਟ ਹੈਗਾ ਉੱਥੇ ਐਜ਼ ਅ ਟ੍ਰੇਨਰ ਕੰਮ ਕਰ ਰਹੀ ਹਾਂ ਠੀਕ ਹੈ ਜੀ ਟਿਊਸ਼ਨਸ ਐਂਡ IAS PCS ਦਾ ਮੀਨਸ ਮੈਂ ਇੰਗਲਿਸ਼ ਮੇਨਲੀ ਇੰਗਲਿਸ਼ 'ਚ ਡੀਲ ਕਰ ਰਹੀ ਹੈਗੀ ਮੈਂ ਉਹ ਮੇਰਾ ਪ੍ਰੋਫੈਸ਼ਨ ਹੈਗਾ ਅਤੇ ਉਹ ਪਰਸਨ ਉਹ ਈਵਨ ਉਹ ਪਰਸਨ ਸਾਨੂੰ ਬਲੂਟੁੱਥ ਦੇ ਰਾਹੀਂ ਇੱਕ ਮੈਸੇਜ ਦੇ ਕੇ ਇਹ ਵੀ ਥਰੈਟ ਕਰ ਰਿਹਾ ਕਿ ਨੈਕਸਟ 10 ਡੇਜ਼ 'ਚ ਤੁਹਾਡੇ ਇੰਸਟੀਟਿਊਟ ਦੇ ਵਿੱਚ ਰੇਡ ਪਏਗੀ ਮੰਗ ਤਾਂ ਸਰ ਇਹੀ ਹੈਗੀ ਹੈ ਕਿ ਦੇਖੋ ਸਾਨੂੰ ਪਤਾ ਹੈਗਾ ਕਿ ਅਸੀਂ ਇੰਨਾ ਨੁਕਸਾਨ ਵੀ ਝੱਲ ਚੁੱਕੇ ਹੈਗੇ ਹਾਂ ਅਤੇ ਉੱਪਰੋਂ ਸਾਨੂੰ ਇਹ ਹੈਗਾ ਕਿ ਇਹ ਵਾਲਾ ਪ੍ਰੈਸ਼ਰ ਹੈ ਕਿ ਅਸੀਂ ਕਿੱਥੇ ਜਾਈਏ ਸਾਨੂੰ ਤਾਂ ਹੁਣ ਤੱਕ ਮੰਗ ਤਾਂ ਅਸੀਂ ਕਿਸ ਤੋਂ ਕਰੀਏ ਜਿਸ ਦੇ ਕੋਲ ਵੀ ਜਾਂਦੇ ਹੋ ਸਾਨੂੰ ਅੱਗੇ ਕਿਤੇ ਹੋਰ ਭੇਜ ਰਹੇ ਆ ਮੰਗ ਤਾਂ ਉੱਥੇ ਹੋਏਗੀ ਨਾ ਸਰ ਜਿੱਥੇ ਅਸੀਂ ਕਹੀਏ ਕਿ ਹਾਂਜੀ ਸਾਡੀ ਕੋਈ ਗੱਲ ਸੁਣ ਰਿਹਾ ਉਸਦੇ ਲਈ ਕੋਈ ਪੋਜ਼ਿਟਿਵ ਰਿਸਪੋਂਸ ਦੇ ਰਿਹਾ ਹੁਣ ਸਰ ਨੇ ਇੰਨਾ ਕੁ ਕਿਹਾ ਕਿ ਕੋਈ ਆਰਮੀ ਦੇ ਕੋਈ ਹੈਗੇ ਨੇ ਅਤੇ ਉਹ ਇਸ ਚੀਜ਼ ਦੇ ਵਿੱਚ ਐਕਸਪਰਟ ਹੈਗੇ ਨੇ ਉਹਨਾਂ ਦੇ ਨਾਲ ਗੱਲ ਮੀਨਸ ਫੋਨ ਦੇ ਸਾਨੂੰ ਤਾਂ ਸਿੰਗਲ ਸਾਈਡ ਕਨਵਰਸੇਸ਼ਨਸ ਹੁੰਦੀ ਹੈ ਅਤੇ ਉਹਨਾਂ ਨੂੰ ਇਹ ਕਿਹਾ ਕਿ ਉਹਨਾਂ ਦੀ ਸ਼ਾਇਦ ਕੋਈ ਮੀਟਿੰਗ ਹੈ ਕਿ ਅਗਰ ਤੁਹਾਡੀ ਮੀਟਿੰਗ ਹੋ ਜਾਂਦੀ ਅੱਜ ਵਿਜ਼ਿਟ ਕਰ ਸਕਦੇ ਹੋ ਤਾਂ ਅੱਜ ਆ ਜਾਣਾ ਨਹੀਂ ਤਾਂ ਕੱਲ੍ਹ ਆ ਜਾਣਾ ਸਰ ਮੈਨੂੰ ਤਾਂ ਇਹ ਲੱਗਦਾ ਨਹੀਂ ਹੈਗਾ ਕਿ ਮੀਟਿੰਗ ਇੱਕ ਪਰਸਨਸ ਦੀ ਕਿਸੇ ਪਰਸਨ ਦੀ ਕਿਸੇ ਫੈਮਿਲੀ ਦੀ ਲਾਈਫ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿ ਪਰਸਨ ਨੂੰ ਇਹ ਕਿਹਾ ਜਾਵੇ ਤੂੰ ਪਹਿਲਾਂ ਕੋਈ ਗੱਲ ਨਹੀਂ ਮੀਟਿੰਗ ਅਟੈਂਡ ਕਰ ਲੈ ਜਦਕਿ ਉਹਨਾਂ ਦੀ ਇਹ ਗੱਲ ਹੋਣੀ ਚਾਹੀਦੀ ਸੀ ਕਿ ਇਹ ਪ੍ਰਾਇਓਰਿਟੀ ਬੇਸਿਸ 'ਤੇ ਪਹਿਲਾਂ ਤੁਸੀਂ ਇੱਥੇ ਵਿਜ਼ਿਟ ਕਰੋ ਠੀਕ ਹੈ ਜੀ ਬਟ ਮੀਟਿੰਗ ਹੈ ਕੋਈ ਗੱਲ ਨਹੀਂ ਸਰ ਮੀਟਿੰਗਸ ਉਹ ਡਿਲੇ ਹੋ ਜਾਂਦੀਆਂ ਨੇ ਕੈਂਸਲ ਹੋ ਜਾਂਦੀਆਂ ਦੁਬਾਰਾ ਫਿਕਸ ਹੋ ਜਾਂਦੀਆਂ ਨੇ ਬਟ ਉਹਨਾਂ ਦੀ ਇਹ ਵਰਡਿੰਗ ਸੀਗੀ ਕਿ ਨਹੀਂ ਤੁਸੀਂ ਕੋਈ ਗੱਲ ਨਹੀਂ ਮੀਟਿੰਗ ਅਟੈਂਡ ਕਰ ਲਓ ਅਤੇ ਬਾਅਦ ਵਿੱਚ ਅਗਰ ਅੱਜ ਆ ਸਕਦੇ ਹੋ ਠੀਕ ਹੈ ਨਹੀਂ ਤਾਂ ਤੁਸੀਂ ਕੱਲ੍ਹ ਆ ਜਾਓ ਸਰ ਸੱਚ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਬਿਕੋਜ਼ ਮੈਂ ਤੁਹਾਨੂੰ ਦੱਸਿਆ ਕਿ ਮੈਂ 3 ਸਾਲ ਪਹਿਲਾਂ ਹੀ ਵਾਪਸ ਆਈ ਹਾਂ ਔਰ ਮੇਰਾ ਸ਼ੁਰੂ ਤੋਂ ਹੀ ਕਿਸੇ ਦੇ ਨਾਲ ਕੋਈ ਖਾਸ ਲਿੰਕ ਨਹੀਂ ਰਿਹਾ ਕਿਸੇ ਦੇ ਨਾਲ ਕੋਈ ਰਿਲੇਸ਼ਨ ਇਸ ਤਰ੍ਹਾਂ ਦੇ ਨਹੀਂ ਕਿ ਖਰਾਬ ਹੋਏ ਹੁਣ ਸੁਖਵਿੰਦਰ ਸਿੰਘ ਮੈਟਰ ਆਪਣਾ ਪਹਿਲਾਂ ਸਟਾਰਟਿੰਗ ਹੋ ਰਹੀ ਹੈ ਫੋਨ ਹੈਕਿੰਗ ਦੀ ਪ੍ਰੋਬਲਮ ਉਸ ਤੋਂ ਬਾਅਦ ਮੈਸੇਜ ਆ ਰਹੇ ਨੇ ਘਰ ਅੱਗ ਲੱਗਣ ਦੇ ਔਰ ਉਸ ਤੋਂ ਵਿਦਇਨ
मिनट दे विचो अग लग जाती है घर के उस अज असी एस एस पी साहब नूं मिले हैं बट उन्होंने पहला हाथ ही खड़े करते कहते साढ़े को इस तरह के कोई टूल ही नहीं जिहड़ा इन्हां नूं डिटेक्ट कर लिए तो मोहाली भी उन्होंने गल की वो कहते कोई उन्होंने कोल भी टूल नहीं है हुण वो प्राइवेट परसन लई वो कह रहे हैं भी शायद असी प्राइवेट परसन नूं कल तुहाडे घर भेज दिया तो शायद कुछ मिल जाए हुण देखदे हां कल की बनता जी अग का तो इस चक्कर पता नहीं लग रहा जी किस तरह अग लग रही है बट मैसेज जरूर आ रहा ब्लूटूथ के थ्राए थ्रू भी फायर का तो उस तो बाद ही अग लग जा रही है यही पता कितने अग लग रही है बट ये देखना पैंता भी अग लग कितने रही है मैसेज तुम घर चले जाओ कोई भी परसन उ जाके अगर ब्लूटूथ में स्कैन करता है तो उसके उपर मैसेज शो हों वो भी हर टाइम शो नहीं होंगे मैसेज वो भी डिपेंड करता उस परसन के उपर भी उस ब्लूटूथ न डिवाइस में कदों ऑन करता कदों नहीं करता जे तुसी ब्लूटूथ ऑन नहीं करते फिर ठीक रहिंदा पर फिर सानू कित्थों पता लगेगा भी अग लग रही है फिर बिना मतलब फिर बिना सानू इंटीमेशन तो अग लग रही है हाँ जी फिर सानू पता लग रहा भी उहदे च अग लगन की वार्निंग आ रही है सर फर्स्ट डे लगी 3 टाइम तो सैकंड डे 4 टाइम अज हुण 3 टाइम तक लग चुकी है कंप्लेंट तो सर एस एच ओ साहब डी एस पी साहब घर आके विजिट करके चले गए पर अजे तक कोई कंप्लेंट नहीं इन्होंने की है नहीं अपने आप तो नहीं कह सकते बट मतलब जोड़ा पेयर कर लेंदा वो उस अपने आप हो जा रहे हैं ऑटो तो शायद थोड़ा फोन भी हैक हो सकता है तो वह फोन हैक कर लेंदा डाटा उड़ा लेंदा तो उन्होंने फोन रीसैट कर देता बार बार सर फोन का डाटा तो कुछ नहीं कह सकते नो लिमिट तुम फोन लैके चले जाओ घर लैके चले जाओ फोन रीस मॉर्निंग देखो तो रीसैट पे आता साड़ी तो डिमांड यही है भी इस मैटर नू पहला तो सॉल्व किया जाए भी जिहड़ा परसन साडे नाल इदां कर रहा उन्हूं पकड़ो तो जिहड़ा हुण साडे घरे जानी माल जो भी नुकसान हो रहा उहदा देखना पएगा सानू की हो रहा है